ਪੰਜਾਬ ਪੁਲਿਸ ਵੱਲੋਂ ਆਰੰਭੀ ਗਈ ਨਸ਼ਾ ਵਿਰੋਧੀ ਮੁਹਿੰਮ ਤਹਿਤ ਕਾਰੀ ਹਾਈ ਸਕੂਲ ਕਾਂਸਟਾ ਵਿੱਚ ਪੁਲਿਸ ਪਬਲਿਕ ਮੀਟਿੰਗ ਕੀਤੀ ਗਈ, ਜਿਸ ਵਿੱਚ ਇੰਸਪੈਕਟਰ ਲਖਵੀਰ ਸਿੰਘ SHO ਥਾਣਾ ਸਦਰ ਫੁਗਵਾੜਾ, SI ਸਿਕੰਦਰ ਸਿੰਘ ਮੁਖੀ ਥਾਣਾ ਰਾਵਲਪਿੰਡੀ, ASI ਅਸ਼ੋਕ ਕੁਮਾਰ ਇੰਚਾਰਜ ਪੁਲਿਸ ਚੌਂਕੀ ਕਾਂਸਟਾ ਅਤੇ ASI ਭਾਰਤ ਭੂਸ਼ਣ, ASI ਜਸਵਿੰਦਰ ਸਿੰਘ ਤੋਂ ਇਲਾਵਾ ਪਾਂਸਟਾ ਨਰੂੜ, ਮਾਈਓ ਪੱਟੀ, ਰਣਧੀਰਗੜ੍ਹ, ਬੰਗਾਣਾ ਅਤੇ ਰਾਮਪੁਰ ਖਲਿਆਣ ਆਦਿ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਪਤਵੰਤੇ ਸੱਜਣ ਅਤੇ ਨੌਜਵਾਨ ਸ਼ਾਮਲ ਹੋਏ। ਇਸ ਮੀਟਿੰਗ ਤੋਂ ਪਹਿਲਾਂ SHO ਸਿਕੰਦਰ ਸਿੰਘ ਥਾਣਾ ਰਾਵਲਪਿੰਡੀ ਵੱਲੋਂ ਪਾਂਸਟਾ ਅਤੇ ਨਜ਼ਦੀਕੀ ਪਿੰਡਾਂ ਦੇ ਕੈਮਿਸਟਾਂ ਨਾਲ ਮੀਟਿੰਗ ਕਰਕੇ ਇਲਾਕੇ ਵਿੱਚ ਨਸ਼ੇ ਦਾ ਕਾਰੋਬਾਰ ਰੋਕਣ ਲਈ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ। ਇਸ ਮੌਕੇ ਰਾਠੌਰ ਟ੍ਰੇਡਰਸ, ਭਰਦਵਾਜ ਮੈਡੀਕਲ ਹਾਲ, ਪ੍ਰੀਤ ਮੈਡੀਕਲ ਹਾਲ, ਜਸਵਾਲ ਮੈਡੀਕਲ ਸਟੋਰ, ਮੰਗਲ ਮੈਡੀਕਲ ਸਟੋਰ, ਪਾਲ ਮੈਡੀਕਲ ਸਟੋਰ, ਰਲ ਮੈਡੀਕਲ ਸਟੋਰ, ਪੱਪੀ ਮੈਡੀਕਲ ਸਟੋਰ ਅਤੇ ਸੁਮਨ ਮੈਡੀਕਲ ਸਟੋਰ ਦੇ ਮਾਲਕਾਂ ਸਮੇਤ ਸਮੂਹ ਕੈਮਿਸਟਾਂ ਨਾਲ ਵਿਚਾਰ ਵਟਾਂਦਰਾ ਕਰਦਿਆਂ SHO ਰਾਵਲਪਿੰਡੀ ਨੇ ਕਿਹਾ ਕਿ ਉਹ ਕਿਸੇ ਨੂੰ ਵੀ ਡਾਕਟਰ ਦੀ ਪਰਚੀ ਤੋਂ ਬਿਨਾਂ ਨਸ਼ੀਲੀ ਦਵਾਈ ਨਾ ਦੇਣ, ਟੀਕਾ ਨਾ ਦੇਣ, ਅਜਿਹਾ ਕਰਨ ਵਾਲੇ ਦੀ ਸੂਚਨਾ ਵੀ ਪੁਲਿਸ ਨੂੰ ਦਿੱਤੀ ਜਾਵੇ। ਪੁਲਿਸ ਪਬਲਿਕ ਮੀਟਿੰਗ ਵਿੱਚ ਇੰਸਪੈਕਟਰ ਲਖਵੀਰ ਸਿੰਘ ਅਤੇ SI ਸਿਕੰਦਰ ਸਿੰਘ ਨੇ ਸਮੂਹ ਇਲਾਕਾ ਵਾਸੀਆਂ ਨੂੰ ਨਸ਼ਾ ਵਿਰੋਧੀ ਮੁਹਿੰਮ ਵਿੱਚ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਨਸ਼ੇ ਦੇ ਆਦੀ ਨੌਜਵਾਨਾਂ ਦੀ ਪਛਾਣ ਕਰਨ ਵਿੱਚ ਪੁਲਿਸ ਦੀ ਮਦਦ ਕੀਤੀ ਜਾਵੇ। ਉਹਨਾਂ ਦੱਸਿਆ ਕਿ ਨਸ਼ਾ ਛੱਡਣ ਲਈ ਅੱਗੇ ਆਉਣ ਵਾਲੇ ਨੌਜਵਾਨਾਂ ਵਿਰੁੱਧ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਵੇਗੀ, ਸਗੋਂ ਉਹਨਾਂ ਦਾ ਇਲਾਜ ਮੁਫਤ ਕਰਵਾਇਆ ਜਾਵੇਗਾ। ਉਹਨਾਂ ਵਿਸ਼ਵਾਸ ਦਵਾਇਆ ਕਿ ਨਸ਼ਾ ਤਸਕਰਾਂ ਬਾਰੇ ਦਿੱਤੀ ਗਈ ਜਾਣਕਾਰੀ ਦੇਣ ਵਾਲੇ ਦਾ ਨਾਂ ਗੁਪਤ ਰੱਖਿਆ ਜਾਵੇਗਾ। ਅਸੀਂ ਸਾਰੇ ਪੁਲਿਸ ਪ੍ਰਸ਼ਾਸਨ ਨੇ ਔਰ ਗਵਰਨਮੈਂਟ ਵੱਲੋਂ ਸਾਰਿਆਂ ਨੇ ਮਿਲ ਕੇ ਜਿਹੜੀ ਹੁਣ ਨਸ਼ਿਆਂ ਦੇ ਖਿਲਾਫ ਜਿਹੜੀ ਮੁਹਿੰਮ ਚਲਾਈ ਆ, ਆਪਾਂ ਉਹਦੇ ਸੰਬੰਧ ਵਿੱਚ ਪਿੰਡ ਪਾਸਟਾ ਦੇ ਜਿੰਨੇ ਵੀ ਆਸ ਪਾਸ ਦੇ ਪਿੰਡ ਨੇ ਸਾਰਿਆਂ ਨੇ ਇਕੱਠੇ ਹੋ ਕੇ ਅੱਜ ਇੱਕ ਪ੍ਰਣ ਕੀਤਾ ਕਿ ਆਪਣੇ ਇਲਾਕੇ ਵਿੱਚੋਂ, ਪਿੰਡ ਵਿੱਚੋਂ, ਗਲੀ ਮੁਹੱਲੇ ਵਿੱਚੋਂ ਨਸ਼ਾ ਖਤਮ ਕਰਦੀ ਜਿਹੜੀ ਆ ਉਹ ਸਹੁੰ ਚੱਕੀ ਆ, ਔਰ ਇਹ ਸਹੁੰ ਨੂੰ ਜਿਹੜਾ ਸਾਰੇ ਅਸੀਂ ਬਰਕਰਾਰ ਰੱਖਾਂਗੇ। ਜਿਹੜਾ ਪੁਲਿਸ ਮਹਿਕਮਾ ਵਾ ਉਹ ਕਿਸੇ ਟਾਈਮ ਵੀ ਤੁਸੀਂ ਸਾਨੂੰ ਕਾਲ ਕਰਕੇ, ਟੈਲੀਫੋਨ ਕਰਕੇ ਦੱਸ ਸਕਦੇ ਹੋ ਫਲਾਣੀ ਜਗ੍ਹਾ ਨਸ਼ਾ ਵਿਕਦਾ ਆ, ਫਲਾਣਾ ਮੁੰਡਾ ਪੀ ਰਿਹਾ। ਜਿਹੜਾ ਨਸ਼ਾ ਪੀਂਦਾ ਆ ਉਹਨੂੰ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿੰਨੇ ਵੀ ਸਾਡੇ ਸੈਂਟਰ ਜਿਹੜੇ ਗਵਰਨਮੈਂਟ ਵੱਲੋਂ ਮਨਜ਼ੂਰਸ਼ੁਦਾ ਖੁੱਲ੍ਹੇ ਨੇ ਉਹਨਾਂ ਜਾ ਕੇ ਇਹਨੂੰ ਦਾਖਲ ਕਰਾਵਾਂਗੇ। ਇਹਨੂੰ ਉੱਥੇ ਵਧੀਆ ਵਧੀਆ ਦਵਾਈਆਂ ਜਿਹੜੀਆਂ ਗਵਰਨਮੈਂਟ ਵੱਲੋਂ ਮਿਲ ਰਹੀਆਂ, ਫ੍ਰੀ ਮਿਲ ਰਹੀਆਂ, ਫ੍ਰੀ ਇਲਾਜ ਹੋ ਰਿਹਾ, ਉਹਦਾ ਹੀ ਇਹਦਾ ਇਲਾਜ ਕਰਵਾ ਕੇ ਉਹਦਾ ਨਸ਼ਾ ਜਿਹੜਾ ਛਡਾਉਣ ਦੀ ਕੋਸ਼ਿਸ਼ ਕਰਾਂਗੇ, ਤਾਂ ਹੀ ਇਹ ਨਸ਼ਾ ਜਿਹੜਾ ਇਹ ਮੁਕਤ ਹੋਵੇਗਾ। ਆਪਾਂ ਸਾਰੇ ਜਿੰਨੇ ਪਿੰਡਾਂ ਦੇ ਲੋਕ ਆ, ਪੰਚਾਇਤਾਂ ਆ, ਪੁਲਿਸ ਮਹਿਕਮੇ ਨਾਲ ਰਲ ਕੇ, ਕਾਨੂੰਨ ਨਾਲ ਰਲ ਕੇ ਜਿਹੜਾ ਇਹ ਸਾਰੇ ਸਾਥ ਦੇਈਏ ਅਤੇ ਇਹ ਨਸ਼ੇ ਨੂੰ ਜਿਹੜਾ ਆਪਾਂ ਮਿਲ ਕੇ ਖਤਮ ਕਰੀਏ। ਡੈਪੋ ਦੇ ਅਸੀਂ ਫਾਰਮ ਭਰੇ ਆ, ਜਿਹਦੇ ਵਿੱਚ ਸਾਡੇ ਆਊਟਰੀਚ ਸੈਂਟਰਾਂ ਦੇ ਵਿੱਚ ਇਹਦੇ ਫਾਰਮ ਜਿਹੜੇ ਕੰਪਿਊਟਰਾਈਜ਼ ਹੋ ਗਏ ਨੇ, SDM ਦਫ਼ਤਰ 'ਚ ਹੀ ਹੋ ਗਏ ਨੇ, ਇਹਨਾਂ ਦੇ ਟੈਲੀਫੋਨ ਨੰਬਰ ਸਾਡੇ ਕੋਲ ਨੇ, ਇਹਨਾਂ ਨੂੰ ਵੀ ਸਾਡੇ ਅਸੀਂ ਆਪਣੇ ਟੈਲੀਫੋਨ ਨੰਬਰ 'ਤੇ ਆ, ਜਦੋਂ ਸਾਨੂੰ ਜ਼ਰੂਰਤ ਪੈਂਦੀ ਇਹਨਾਂ ਨੂੰ ਕਾਲ ਕਰਕੇ ਅਸੀਂ ਬੁਲਾ ਲੈਂਦੇ ਹਾਂ। ਜਿੱਥੇ ਵੀ ਅਸੀਂ ਪਿੰਡ ਦੇ ਵਿੱਚ ਜਾਣਾ, ਕਿਸੇ ਦੇ ਘਰ ਦੇ ਵਿੱਚ ਜਾਣਾ, ਇਹਨਾਂ ਨਾਲ ਲੈ ਕੇ ਅਸੀਂ ਤੁਰਦੇ ਹਾਂ, ਕਿਉਂਕਿ ਇਹ ਵੀ ਕਾਉਂਸਲਿੰਗ ਕਰਕੇ ਉਹਨੂੰ ਸਮਝਾਉਂਦੇ ਆ ਸਾਡੇ ਨਾਲ, ਇਹਨਾਂ ਦਾ ਬਹੁਤ ਜ਼ਿਆਦਾ ਅਸਰ ਪੈਂਦਾ। ਸਰ, ਜਿੱਦਾਂ ਪੰਚਾਂ ਸਰਪੰਚਾਂ ਮੌਕੇ 'ਤੇ ਕਿ ਜਿਹੜੇ ਵੀ ਪਿੰਡਾਂ ਦੇ ਵਿੱਚ ਨੌਜਵਾਨ ਨਸ਼ੇ ਕਰਦੇ ਨੇ, ਤਕਰੀਬਨ ਉਹਨਾਂ ਦੀ ਜਾਣਕਾਰੀ ਹੈਗੀ ਆ ਕਿ ਉਸ ਜਿਹੜੀ ਗੱਲ ਵਿਚਾਰ ਚਰਚਾ ਹੋਈ ਆ ਉਹਦਾ ਤੁਸੀਂ ਲਾਭ ਲਓ? ਅਸੀਂ ਉਹਨਾਂ ਨਾਲ ਮਿਲ ਕੇ ਪਿੰਡ ਪਿੰਡ ਜਾ ਕੇ ਉਹਨਾਂ ਨੂੰ ਨਾਲ ਲੈ ਕੇ ਜਿਹੜਾ ਨਸ਼ਾ ਕਰਦਾ ਉਹਦੇ ਘਰ ਜਾ ਕੇ
ਉਹਨੂੰ ਛਡਾਉਣ ਦੀ ਕੋਸ਼ਿਸ਼ ਕਰਾਂਗੇ, ਉਹਦੇ ਪਰਿਵਾਰ ਨੂੰ ਵੀ ਕਾਉਂਸਲਿੰਗ ਕਰਕੇ ਸਮਝਾਵਾਂਗੇ ਵੀ ਇਹਨੂੰ ਇਸ ਤਰੀਕੇ ਨਾਲ ਨਸ਼ਾ ਛਡਾਇਆ ਜਾ ਸਕਦਾ, ਇਹਨੂੰ ਲੁਕਾਓ ਨਾ, ਇਹਨੂੰ ਛਪਾਓ ਨਾ, ਅਸੀਂ ਸ਼ੋਅ ਨਹੀਂ ਕਰਦੇ ਹੈਗੇ। ਜੇ ਕਿਤੇ ਉਹ ਸਟੇਟ ਤੋਂ ਬਾਹਰ ਵੀ ਕਿਤੇ ਜਾਂ ਇਲਾਜ ਕਰਾਉਣਾ ਚਾਹੁੰਦਾ, ਸ਼ੋਅ ਨਹੀਂ ਕਰਨਾ ਚਾਹੁੰਦਾ, ਉਹ ਵੀ ਜਿਹੜੀ ਆ ਉਹ ਪੰਜਾਬ ਗੌਰਮੈਂਟ ਜਿਹੜੀ ਆ ਉਹ ਕਰਨ ਨੂੰ ਤਿਆਰ ਆ। ਸਮਾਗਮ ਨੂੰ ਸਾਬਕਾ ਪ੍ਰਿੰਸੀਪਲ ਜਸਵੀਰ ਸਿੰਘ ਪਰਮਾਰ, ਅਮਰਜੀਤ ਸਿੰਘ ਪ੍ਰਧਾਨ ਦੁਸ਼ਹਿਰਾ ਕਮੇਟੀ ਪਾਂਸਤਾ, ਨਰਿੰਦਰ ਸਿੰਘ ਸਾਬਕਾ ਸਰਪੰਚ ਰਾਮਪੁਰ ਖਲਿਆਣ, ਨੰਬਰਦਾਰ ਯੂਨੀਅਨ ਫਗਵਾੜਾ ਦੇ ਪ੍ਰਧਾਨ ਬਲਦੇਵ ਕ੍ਰਿਸ਼ਨ ਅਤੇ ਸੁਖਚੈਨ ਸਿੰਘ ਸਰਪੰਚ ਗ੍ਰਾਮ ਪੰਚਾਇਤ ਬਘਾਣਾ ਨੇ ਵੀ ਸੰਬੋਧਨ ਕੀਤਾ। ਉਹਨਾਂ ਵਿਸ਼ਵਾਸ ਦਿਲਾਇਆ, ਉਕਤ ਬੁਲਾਰਿਆਂ ਨੇ ਵਿਸ਼ਵਾਸ ਦਿਵਾਇਆ ਕਿ ਇਲਾਕੇ ਦੇ ਲੋਕ ਨਸ਼ਾ ਵਿਰੋਧੀ ਮੁਹਿੰਮ ਵਿੱਚ ਪੁਲਿਸ ਅਤੇ ਪ੍ਰਸ਼ਾਸਨ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਚੱਲਣਗੇ। ਇਸ ਮੀਟਿੰਗ ਵਿੱਚ ਸਰਪੰਚ ਅਵਤਾਰ ਸਿੰਘ ਨਸੀਰਾਬਾਦ, ਸਰਪੰਚ ਸ਼ੀਤਲ ਕੌਰ ਪਿੰਡ ਮਾਈਓ ਪੱਟੀ, ਸਾਬਕਾ ਸਰਪੰਚ ਹੰਸਰਾਜ ਪਾਂਸਟਾ, ਮੋਹਨ ਸਿੰਘ, ਬਲਵੀਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕੇ ਦੇ ਨੌਜਵਾਨ ਹਾਜ਼ਰ ਸਨ।